पंजाब एट नाइन विच तुहाडा स्वागत है। मैं हाँ तुहाडे नाल बलविंदर सिंह। ते सब तो पहला गल करते हैं खडूर साहब जिमनी चोण की, जिस विच हुण सिर्फ 8 उम्मीदवार ही मैदान च बचे ने। नामजदगियां की छटनी तो बाद उस वेले विवाद खड़ा हो गया जदों आजाद उम्मीदवार वजों मैदान च उतरे भाई बलदीप सिंह की नामजदगी रद्द कर दी गई। उधर भाई बलदीप सिंह ने इस नूं गलत करार दिंदे हुए साजिश का इल्जाम लाया। खडूर साहब दी जिमनी चोणां विच वीरवार नूं अचानक एक होर ट्विस्ट आ गया जदों आजाद उम्मीदवार वजों मजबूत उम्मीदवार मन्ने जा रहे भाई बलदीप सिंह दी नामजदगी नूं रद्द कर दिता गया। तर्क यह दिता गया कि भाई बलदीप सिंह पंजाब च वोटर सूची च अपना नां साबित नहीं कर सके, जबकि भाई बलदीप सिंह दा तर्क है कि भावें उन्हां कोल दिल्ली दी वोटर सूची च नां सी पर उन्हां ने अपने जद्दी शहर सुल्तानपुर लोधी च वोट बनवाउण लई दरखास्त दित्ती सी, जिसदे कागजात उन्हां ने नामजदगी वेले विखाए सन अते 29 जनवरी नूं उन्हां दा नां मतदान सूची विच शामिल हो जाणा सी। पर इह सब दे बावजूद उन्हां दी नामजदगी रद्द कर दित्ती गई है, जिसदे खिलाफ उन्हां चोण कमीशन नूं अपील कीती है। भाई बलदीप सिंह ने कहा कि जेकर उन्हां नूं चोण कमीशन वल्लों राहत नहीं मिलदी तां उह अदालत दा रुख वी कर सकदे ने। ਜਿਹੜਾ ਰਜਿਸਟ੍ਰੇਸ਼ਨ ਆਫੀਸਰ ਹੈਗਾ ਉਹਦਾ ਜਿਹੜਾ ਪ੍ਰੀਮੈਚੁਰ ਇੱਕ ਫੈਸਲਾ ਬਗੈਰ ਵਿਜ਼ਡਮ ਅਜਮਾਇਆ ਜਿਹੜਾ ਕੀਤਾ ਗਿਆ ਉਸਨੂੰ ਮੁੜ ਵਾਪਸ ਲੈ ਲੈਣ ਔਰ ਮੈਨੂੰ ਜਿਹੜਾ ਲੋੜੀਂਦਾ ਜਿਹੜਾ ਸਮਾਂ ਹੈਗਾ ਸਕਰੂਟਨੀ ਦਾ ਉਹ ਦੇ ਦੇਣ ਤੇ ਮੈਂ ਆਪਣਾ ਇਲੈਕਟੋਰਲ ਰੋਲ ਪੇਸ਼ ਕਰਕੇ ਤੇ ਮੈਂ ਇਲੈਕਸ਼ਨ ਲੜਾਂ। ਜੇ ਸਾਨੂੰ ਲੱਗੇਗਾ ਕਿ ਸਾਡੇ ਨਾਲ ਨਾਜਾਇਜ਼ ਫੇਰ ਵੀ ਹੋਈ ਹੈ ਤੇ ਅਸੀਂ ਹੋਰ ਜਿਹੜੇ ਵਸੀਲੇ ਹਨ ਇੰਕਲੂਡਿੰਗ ਕੋਰਟ ਸੁਪਰੀਮ ਕੋਰਟ ਹੋਵੇ ਕੋਈ ਹੋਰ ਵਸੀਲਾ ਹੋਵੇ। ਸਿਰਫ ਇੰਨਾ ਹੀ ਨਹੀਂ, ਭਾਈ ਬਲਦੀਪ ਸਿੰਘ ਨੇ ਕਿਹਾ ਕਿ ਸਾਜ਼ਿਸ਼ ਦੇ ਤਹਿਤ ਉਹਨਾਂ ਦੀ ਨਾਮਜ਼ਦਗੀ ਰੱਦ ਕੀਤੀ ਗਈ। ਉਧਰ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਵਿੱਚ ਭਾਈ ਬਲਦੀਪ ਸਿੰਘ ਦੇ ਨਾਲ ਖੜੇ ਨਜ਼ਰ ਆ ਰਹੇ ਨੇ, ਜਦਕਿ ਅਕਾਲੀ ਦਲ ਨੇ ਕਿਹਾ ਕਿ ਚੋਣ ਪ੍ਰਕਿਰਿਆ ਨਾਲ ਸਰਕਾਰ ਦਾ ਕੋਈ ਵਾਸਤਾ ਨਹੀਂ ਹੈ ਅਤੇ ਅਜਿਹੇ ਇਲਜ਼ਾਮ ਸਿਆਸੀ ਲਾਹਾ ਲੈਣ ਲਈ ਲਾਏ ਜਾਂਦੇ ਨੇ। ਇਹ ਸਾਜ਼ਿਸ਼ ਤਾਂ ਤੁਸੀਂ ਦੇਖੋ ਕਿ ਕਿਹਨਾਂ ਨੂੰ ਜੋ ਸੱਤਾ ਛੁੰਦਾ ਉਹਦੀ ਸਾਜ਼ਿਸ਼ ਹੈ। ਅਕਾਲੀ ਦਲ ਦੀ ਖਾਸ ਖਾਹਿਸ਼ ਹੈਗੀ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਕੈਂਡੀਡੇਟ ਦੀ ਕੀ ਰੈਪੂਟੇਸ਼ਨ ਹੈਗੀ ਇਲਾਕੇ 'ਚ। ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਇਹੀ ਕਰਨਾ। ਇਹ ਹਰ ਵੇਲੇ ਅਸੀਂ ਤੱਕਾਂ ਨਾਲ ਲੋਕਾਂ ਦੇ ਕਾਗਜ਼ ਰਿਜੈਕਟ ਕਰਵਾ ਦਿੰਦੇ ਨੇ ਆਪਣੇ ਆਪ ਜਿੱਤਣ ਵਾਸਤੇ। 21 ਤਰੀਕ ਨੂੰ ਤਾਂ ਉਹਨਾਂ ਨੇ ਆਪਣੀ ਦਿੱਲੀ ਦੀ ਜਿਹੜੀ ਹੈਗੀ ਹੈ ਵੋਟ ਸੈਂਟਰ ਕੀਤੀ ਔਰ 22 ਤਰੀਕ ਨੂੰ ਜਿਹੜਾ ਹੈਗਾ ਵੋਟ ਵਾਸਤੇ ਅਪਲਾਈ ਕੀਤਾ ਪੰਜਾਬ ਦੇ ਵਿੱਚ ਔਰ 7 ਦਿਨ ਦਾ ਨੋਟਿਸ ਹੁੰਦਾ, ਲੀਗਲੀ ਨੋਟਿਸ ਹੁੰਦਾ ਐਜ਼ ਪਰ ਲਾਅ ਹੈ। ਇਸ ਕਰਕੇ ਜੇ ਤੁਹਾਡੀ ਵੋਟ ਹੀ ਨਹੀਂ ਬਣ ਸਕੀ ਤਾਂ ਤੁਸੀਂ ਦੂਜੇ 'ਤੇ ਦੋਸ਼ ਕਿਉਂ ਲਾਉਂਦੇ? ਜਾਂ ਤਾਂ ਇੰਟੈਂਸ਼ਨਲ ਸੀ ਕਿ ਉਹ ਲੜਨਾ ਨਹੀਂ ਚਾਹੁੰਦੇ ਸੀ, ਇਸੇ ਕਰਕੇ ਉਹਨਾਂ ਨੇ ਪੂਰੀ ਡੇਟ ਉਸ ਹਿਸਾਬ ਨਾਲ ਅਪਲਾਈ ਕੀਤਾ ਕਿ ਵੋਟ ਬਣ ਨਾ ਸਕੇ। ਖਡੂਰ ਸਾਹਿਬ ਚੋਣਾਂ ਲਈ 10 ਉਮੀਦਵਾਰਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ, ਪਰ ਨਾਮਜ਼ਦਗੀਆਂ ਦੀ ਛਟਣੀ ਤੋਂ ਬਾਅਦ 8 ਉਮੀਦਵਾਰ ਮੈਦਾਨ 'ਚ ਬਚੇ ਨੇ, ਜਿਨ੍ਹਾਂ ਵਿੱਚ ਅਕਾਲੀ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਤੇ BSP ਦੇ ਪੂਰਨ ਸਿੰਘ ਸਮੇਤ 6 ਆਜ਼ਾਦ ਉਮੀਦਵਾਰ ਮੈਦਾਨ ਵਿੱਚ ਨੇ। ਚੰਡੀਗੜ੍ਹ ਤੋਂ ਜਗਤਾਰ ਭੁੱਲਰ ਦੇ ਨਾਲ ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ। ਖਡੂਰ ਸਾਹਿਬ ਜ਼ਿਮਨੀ ਚੋਣ ਵਿੱਚ ਕਿਸੇ ਵੀ ਪਾਰਟੀ ਦੀ ਜਿੱਤ ਜਾਂ ਹਾਰ ਨੂੰ 2017 ਚੋਣਾਂ ਤੋਂ ਪਹਿਲਾਂ ਕਾਫੀ ਅਹਿਮ ਮੰਨਿਆ ਜਾ ਰਿਹਾ ਸੀ, ਪਰ ਇਸ ਚੋਣ ਵਿੱਚੋਂ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਪੈਰ ਪਿਛਾਂ ਖਿੱਚਣ ਦਾ ਮੁੱਦਾ ਇਸ ਵੇਲੇ ਚਰਚਾ 'ਚ। ਖਡੂਰ ਸਾਹਿਬ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਕਾਂਗਰਸ ਦੇ ਉਮੀਦਵਾਰ ਖੜਾ ਨਾ ਕਰਨ ਦੇ ਯੂ ਟਰਨ ਨੇ ਸੂਬੇ ਦੀ ਸਿਆਸਤ ਪਖਾਈ ਹੋਈ ਹੈ। ਇਸ ਫੈਸਲੇ ਤੋਂ ਬਾਅਦ ਕੈਪਟਨ ਵਿਰੋਧੀਆਂ ਦੇ ਨਾਲ ਨਾਲ ਆਪਣਿਆਂ ਦੇ ਵੀ ਨਿਸ਼ਾਨੇ ਦੇ ਨੇ, ਪਰ ਆਲਾ ਕਮਾਨ ਨੇ ਕੈਪਟਨ ਦੇ ਇਸ ਫੈਸਲੇ ਦੀ ਵਜਾਹਤ ਕੀਤੀ ਹੈ। ਸਿੱਕੀ ਜੀ ਕੀ ਧਾਰਮਿਕ ਭਾਵਨਾ ਕੋ ਠੇਸ ਨਹੀਂ ਪਹੁੰਚੇ, ਹਮ ਲੋਗੋ ਨੇ ਉਨਕੇ ਆਪੱਤੀ ਕੇ ਬਾਅਦ ਹਮ ਲੋਗੋ ਨੇ ਆਥੋਰਾਈਜ਼ ਕਰ ਦਿਆ ਥਾ PCC ਪ੍ਰੈਸੀਡੈਂਟ ਕੋ ਅਮਰਿੰਦਰ ਸਿੰਘ ਜੀ ਕੋ ਔਰ ਸਿੱਕੀ ਜੀ ਕੋ ਕਿ ਆਪਸੇ ਬਾਤ ਕਰਕੇ ਜਾਂ ਤੋ ਆਪ ਉਨਕੋ ਸਮਝਾ ਲੀਜੀਏ ਜਾਂ आप उनसे सहमत हो जाइए, जो भी हो आपसी इससे जो भी फैसला कीजिएगा AICC उसमें सहमत है। आला कमान वालों मिले इस थापड़े तो कैप्टन भी उत्साहित नजर आ रहे ने, तो उन्होंने जगमीत ब्राड़ वालों चुके सवाल का जवाब भी उसे अंदाज दिता है। ਜਦੋਂ ਬੰਦਾ ਕੋਈ ਘਬਰਾ ਜਾਂਦਾ ਹੈ ਜਾਂ ਕੋਈ ਕਿਸੇ ਤਰੀਕੇ ਨਾਲ ਉਹਦੇ ਉਹਦਾ ਉਹ ਥੱਲੇ ਹੋ ਜਾਂਦਾ ਸਿਆਸਤ ਵਿੱਚ, ਫਿਰ ਇਹੋ ਜਿਹੇ ਬਿਆਨ ਦੇਣ ਦੀ ਉਹਨੂੰ ਆਦਤ ਹੈ। ਔਰ ਇਹ ਜਗਮੀਤ ਬਰਾ ਨੂੰ ਪਹਿਲੀ ਵਾਰ ਨਹੀਂ, ਮੈਂ ਤਾਂ 30 ਸਾਲ ਤੋਂ ਉਹਨੂੰ ਜਾਣਦਾ। ਦਿਸ ਮੈਟਰ ਵਿਲ ਬੀ ਲੁਕਡ ਇਨ ਸੀਰੀਅਸਲੀ ਬਾਈ ਹੀ ਇਜ਼ ਅ ਮੈਂਬਰ ਆਫ ਦੀ AICC ਐਂਡ ਆਈ ਵਿਲ ਆਲਸੋ ਟੈਲ AICC ਸਟ੍ਰਿਕਟਲੀ ਇਟ ਮਸਟ ਬੀ ਲੁਕਡ ਇਨ ਟੂ ਐਂਡ ਐਕਸ਼ਨ ਸ਼ੁੱਡ ਬੀ ਟੇਕਨ ਅਗੇਂਸਟ ਥਿਮ। ਉਧਰ ਆਮ ਆਦਮੀ ਪਾਰਟੀ ਵੱਲੋਂ ਇਸ ਫੈਸਲੇ ਪਿੱਛੇ ਅਕਾਲੀ ਦਲ ਕਾਂਗਰਸ ਦੀ ਮਿਲੀ ਭੁਗਤ ਦੇ ਲਾਏ ਜਾ ਰਹੇ ਇਲਜ਼ਾਮ ਤੇ ਵੀ ਸ਼ਕੀਲ ਅਹਿਮਦ ਨੇ ਮੋੜਵਾਂ ਜਵਾਬ ਦਿੱਤਾ ਹੈ। हम भी पार्टिसिपेट नहीं कर रहे, लेकिन हम पिछले 6 महीने से हमारा स्टैंड बिल्कुल क्लियर है। तो अचानक ऐसा क्या हुआ? अचानक ऐसा क्या हुआ? मैं बहुत सारे लोगों से बात कर रहा हूँ, लोगों का एक परसेप्शन है कुछ हुआ है, रात में कोई डील हुई है। उनसे अकालियों से क्या डील हुई है ये भी उनको बताना चाहिए, वो भी नहीं कंटेस्ट कर रहे हैं। और इसके पहले ये उनको स्वीकार करना चाहिए कि पटियाला साहब, पटियाला में जब इलेक्शन हुआ
तो जमानत जब्त हो गई आम आदमी पार्टी की असेंबली का चुनाव हुआ तो। सैमीफाइनल वजो प्रचारी जा रही खंडूर साहब की जिमनी चोन चो कांग्रेस के पैर पिछे खिंचन के इस फैसले से भखी सियासत दरमियान कैप्टन हूँ अपने फैसले को दुरुस्त ठहराने की दलील दे रहे हैं। चंडीगढ़ तो जुगतार भुलर के नाम पंकज कपाही जी मीडिया दिल्ली। सूबे दीआं सियासी स्टेजां तो एक बार फिर तो विकास का मुद्दा गूंज रहा है। अकाली दल नूं विरोधी धिरां दे सूबे दे विकास ना होण दे इल्जामां ते इतराज़ है ते मिशन 2017 विच विकास का मुद्दा भी अहम बनता जा रहा है। सूबे च अकाली दल सत्ता की हैट्रिक मारने के दावे चोन मैदान च नित रहा है तो पिछले 10 वर्षां दौरान पार्टी वल्लों कीता विकास पार्टी दे एजेंडे ते है। विरोधी धिरां हाकम धिर ते प्रशासनिक तो लैके आर्थिक मुद्दियां ते बद इंतजामी दे इल्जाम लगा रहियां ने पर हाकम धिर दी नजर ए विरोधी धिरां दा गलत प्रचार है। एक प्रचार कीता गया सी कि जी एक सरकार चल नहीं रही, सरकार दा कांग्रेसियां कोले खजाना खाली है, खजाना खाली है ते करोड़ां रुपए कित्थों आउंदे, असीं अगले महीने दे अंदर अंदर लिस्टा कढ अखबारां च आ जाणा है, तकरीबन 1,20,000 नौजवानां नूं नौकरियां मिल जाणियां। वी हैव अ बोरोइंग ऑफ 125,000 करोड़, ਇਹ ਬਚਾ ਨਹੀਂ ਹੈ ਸਾਡਾ, ਨੂੰ ਸਰਕਾਰ ਚੇਂਜ ਹੋਏਗੀ 1,40,000 ਕਰੋੜ, ਸਾਡੀ ਰੈਵਨਿਊ ਸਟ੍ਰੀਮ ਨਹੀਂ ਹੈ ਜਿਹਦੇ ਨਾਲ ਅਸੀਂ ਡੈਟ ਸਰਵਿਸਿੰਗ ਕਰ ਸਕਦੇ ਹਾਂ, ਸਾਡੀ ਪੋਜੀਸ਼ਨ ਇਹ ਹੈ ਕਿ ਐਗਰੀਕਲਚਰ ਸਾਡਾ ਤਬਾਹ ਹੋ ਗਈ। ਪੰਜਾਬ ਦੇ ਸਿਆਸੀ ਸਮੀਕਰਨ ਬਦਲੇ ਬਦਲੇ ਨੇ, ਲੱਗਦਾ ਹਾਕਮ ਧਿਰ ਨੂੰ ਮੁੱਖ ਵਿਰੋਧੀ ਧਿਰ ਕਾਂਗਰਸ ਨਾਲੋਂ ਆਮ ਆਦਮੀ ਪਾਰਟੀ ਤੋਂ ਵੱਧ ਖਤਰਾ ਨਜ਼ਰ ਆ ਰਿਹਾ, ਸੋ ਆਪਣਾ ਸਿਆਸੀ ਆਧਾਰ ਪਾ ਰਹੀ ਹੈ ਪਾਰਟੀ ਹਾਕਮ ਧਿਰ ਦੇ ਨਿਸ਼ਾਨੇ ਤੇ ਹੈ। ਕਈ ਲੋਕ ਕਹਿੰਦੇ ਕੁਛ ਹੈ ਕਰਦੇ ਕੁਛ ਹੈ, ਉਹਨਾਂ ਤੋਂ ਬਚਣ ਦੀ ਲੋੜ ਹੈ। ਇਹ ਜਿਹਾ ਪ੍ਰਚਾਰ ਕਰਦੇ ਐ ਲੱਗਦੇ ਪਤਾ ਨਹੀਂ ਕਹਿ ਜੇ ਫਰਿਸ਼ਤੇ ਹੈ। ਨਹੀਂ, ਅਕਾਲੀ ਦਲ ਕਿਆ ਪੋਜ਼ਿਟਿਵ ਦੇਖੇਗਾ, ਆਪ ਗਰਾਊਂਡ ਪੇ ਚਲੇ ਜਾਓ, ਆਪਕੋ ਅਕਾਲੀ ਦਲ ਕੀ ਪੋਜ਼ਿਟਿਵਿਟੀ ਸਮਝ ਮੇ ਆ ਜਾਏਗੀ। ਸੂਬੇ 'ਚ ਸੱਤਾ ਦਾ ਘੋਲ ਸ਼ੁਰੂ ਹੋ ਚੁੱਕਾ ਹੈ, ਵਿਰੋਧੀ ਪਾਰਟੀਆਂ ਹਾਕਮ ਧਿਰ ਤੇ ਪੰਜਾਬ ਦੀ ਆਰਥਿਕ ਕੰਗਾਲੀ ਦੇ ਇਲਜ਼ਾਮ ਲਾ ਰਹੀਆਂ ਨੇ ਤਾਂ ਹਾਕਮ ਧਿਰ ਵਿਕਾਸ ਦੇ ਸੋਲਿਆਂ ਸਹਾਰੇ ਲੋਕਾਂ ਨੂੰ ਇੱਕ ਹੋਰ ਮੌਕਾ ਦੇਣ ਦੀ ਅਪੀਲ ਕਰ ਰਹੀ ਹੈ। ਚੰਡੀਗੜ੍ਹ ਤੋਂ ਜਗਤਾਰ ਪੁੱਲਰ, ਮੋਗਾ ਤੋਂ ਗਗਨ ਬਾਟਲਾ ਦੇ ਨਾਲ ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਮਿਸ਼ਨ 2017 ਨੂੰ ਲੈ ਕੇ ਸਰਗਰਮ ਨਜ਼ਰ ਆ ਰਹੇ ਨੇ ਤੇ ਆਪਣੇ ਇਸੇ ਮਿਸ਼ਨ ਤਹਿਤ ਕੈਪਟਨ ਦੇ ਏਜੰਡੇ ਤੇ ਨੇ ਨੌਜਵਾਨ। ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਪਹੁੰਚੇ ਕੈਪਟਨ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਨਿਰਪੱਖ ਤਰੀਕੇ ਨਾਲ ਮੀਡੀਆ ਦੇ ਖੇਤਰ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਜੰਮ ਕੇ ਤਾਰੀਫ ਕੀਤੀ। ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਚ ਵਿਦਿਆਰਥੀਆਂ ਦੇ ਸੰਮੇਲਨ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਕੈਪਟਨ ਅਤੇ ਨੌਜਵਾਨਾਂ ਦਰਮਿਆਨ ਸਵਾਲ ਜਵਾਬ ਦਾ ਲੰਬਾ ਸਿਲਸਿਲਾ ਚੱਲਿਆ। ਇਸ ਦੌਰਾਨ 2017 ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਵਿਦਿਆਰਥੀਆਂ ਤੋਂ ਪੁੱਛਿਆ ਕਿ ਸੂਬੇ 'ਚ ਕਿਸ ਤਰ੍ਹਾਂ ਦੀ ਸਰਕਾਰ ਬਣਦੇ ਵੇਖਣਾ ਚਾਹੁੰਦੇ ਨੇ। ਸਾਡੇ ਦੇਸ਼ ਵਾਸਤੇ ਔਰ ਸਾਡੇ ਵਾਸਤੇ ਖਾਸ ਕਰਕੇ ਪੰਜਾਬ ਲਈ ਜਿਹੜੀ ਹੁਣ ਚੋਣਾਂ ਦੇ ਵਿੱਚ ਆ ਰਹੀ ਹੈ, ਤੁਹਾਨੂੰ ਉੱਥੇ ਚਾਹੀਦਾ ਕੀ ਹੈ? ਸਾਡੀ ਇਕਨੋਮੀ ਸ਼ੈਟਰਡ ਹੈ, ਤੁਹਾਡੇ ਇਕਨੋਮਿਕ ਸਿਚੁਏਸ਼ਨਸ ਹੋਣਗੇ ਉਹਨੇ ਜਿਹੜੇ ਸਾਰੀ ਗੱਲ ਨੂੰ ਸਮਝਦੇ ਹਨ। ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਜੁੜੇ ਮੁੱਦਿਆਂ ਨੂੰ ਨਿਰਪੱਖ ਤਰੀਕੇ ਨਾਲ ਜਨਤਾ ਦੇ ਵਿੱਚ ਰੱਖਣ ਦੇ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਜੰਮ ਕੇ ਤਾਰੀਫ ਵੀ ਕੀਤੀ। ਇੱਕੋ ਹੀ ਹੈ ਚੈਨਲ ਜ਼ੀ ਪੰਜਾਬੀ ਜਿਹੜੇ ਥੋੜ੍ਹੀ ਬਹੁਤ ਹੀ ਸਾਡੀ ਦਿਖਾ ਦਿੰਦਾ ਹੈ, ਅਦਰਵਾਈਜ਼ ਦੇ ਆਰ ਨਾਟ। ਮੈਂ ਇਹ ਵੀ ਅਸੀਂ ਕਰਾਂਗੇ ਕਿ ਵੀ ਆਰ ਗੋਇੰਗ ਟੂ ਟੋਟਲੀ ਓਪਨ, ਜੈਸੇ ਹਰਿਆਣੇ ਵਿੱਚ ਅੱਜ 12 ਚੈਨਲ ਚੱਲ ਰਹੇ ਨੇ, ਵਾਈ ਨਾਟ 12 ਚੈਨਲ ਪੰਜਾਬ ਜਾਂ 14 ਚੈਨਲ ਜਿਹੜੇ ਇਕਨੋਮਿਕਲੀ ਚੱਲ ਸਕਦੇ ਨੇ। ਹਾਲਾਂਕਿ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਨੇ ਕੈਪਟਨ ਤੋਂ ਕੋਈ ਸਵਾਲ ਪੁੱਛਣ ਦੇ ਲਈ ਸੈਮੀਨਾਰ 'ਚ ਐਂਟਰੀ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਕਾਮਯਾਬ ਨਹੀਂ ਹੋਣ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਚੰਡੀਗੜ੍ਹ ਤੋਂ ਜਗਤਾਰ ਪੁੱਲਰ, ਜ਼ੀ ਮੀਡੀਆ। ਅੱਜ ਲਾਲਾ ਲਾਜਪਤ ਰਾਏ ਜੀ ਦਾ 150ਵਾਂ ਜਨਮਦਿਨ ਮਨਾਇਆ ਗਿਆ ਤੇ ਇਸ ਮੌਕੇ ਤੇ ਮੋਗਾ ਵਿੱਚ ਸੁਖਬੀਰ ਬਾਦਲ ਨੇ ਮਹਾਂ ਸੰਮੇਲਨ ਦੀ ਅਗਵਾਈ ਕੀਤੀ। ਸ਼ੇਰੇ ਪੰਜਾਬ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਪੰਜਾਬ ਬੀਜੇਪੀ ਮੁਖੀ ਵੀ ਇਸ ਮੌਕੇ ਮੌਜੂਦ ਰਹੇ। ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਜੀ ਦੀ 150ਵੀਂ ਜਨਮ ਸ਼ਤਾਬਦੀ ਦੇ ਪੰਜਾਬ ਨੇ ਆਪਣੇ ਸਪੂਤ ਨੂੰ ਯਾਦ ਕੀਤਾ। ਮੋਗਾ 'ਚ ਪ੍ਰਬੰਧਿਤ ਮਹਾਂ ਸੰਮੇਲਨ 'ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਪੰਜਾਬ ਬੀਜੇਪੀ ਮੁਖੀ ਕਮਲ ਸ਼ਰਮਾ ਅਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਖਾਸ ਤੌਰ 'ਤੇ ਮੌਜੂਦ ਰਹੇ। ਸੰਮੇਲਨ 'ਚ ਵੱਡੀ ਸੰਖਿਆ 'ਚ ਲੋਕਾਂ ਨੇ ਵੀ ਹਾਜ਼ਰੀ ਲਵਾਈ। ਸੁਖਬੀਰ ਬਾਦਲ ਨੇ ਲਾਲਾ ਜੀ ਦੇ ਯੋਗਦਾਨ ਅਤੇ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਜਿਵੇਂ ਲਾਲਾ ਜੀ ਨੇ ਪੂਰੀ ਜ਼ਿੰਦਗੀ
जुल्म के खिलाफ लड़ाई लड़ी, उन्होंने कई कॉलेज कई स्कूल पंजाब नेशनल बैंक वर्गे इंस्टीट्यूशंस खोले। कैबिनेट मंत्री मदन मोहन मित्तल ने आजादी की लड़ाई च लाला जी के योगदान का जिक्र किया, जबकि पंजाब बीजेपी मुखी कमल शर्मा ने कविता दी पंक्तियां दे जरिए शहादत नूं सलाम किया। अज तो 150 साल पहले छोटे जे घर नानके घर उन्होंने जन्म लेके जिथे इस पिंड नूं दुनिया के इतिहास दे विच चमकाया, उहदे नाल ही हिंदुस्तान की आजादी की लहर नूं बहुत बड़ा बल दिता। किसी कवि ने कहा है कि जदों डुलदा खून शहीदां दा तकदीर बदलती कौमां दी, शहीद की जो मौत है वो कौम की हयात है। लाला लाजपत राय आजादी की जंग च लड़न वाले गर्म दल के आगुआ च शुमार सन, अंग्रेजों के राज नूं उखाड़ सुट्टन की लड़ाई च उन्होंने अहम योगदान दिता। मोगा तो गगन बाटला, जी मीडिया। ते हुण गल स्मार्ट सिटीज़ दी करदे हां। केंद्र सरकार ने स्मार्ट सिटीज़ प्रोजैक्ट के तहत पहले 20 शहरां के नाम ऐलान कर दिता है, तो इस लिस्ट विच लुधियाणा का नाम भी आया, जिसनों लैके सूबा सरकार ते लुधियाणा वासियां ने खुशी जाहर की है। मोदी सरकार के बहुउद्देशी प्रोजैक्ट स्मार्ट सिटी के तहत सरकार ने पहले 20 शहरां का नाम ऐलान दिता है। शहरां के नाम का ऐलान केंद्रीय शहरी विकास मंत्री वेंकैया नायडू ने किया। पंजाब के मानचेस्टर कहे जाते लुधियाणा का नाम भी लिस्ट शामिल है। जो स्टेट्स में से जो स्मार्ट सिटीज का सिफारिश भेजा 19 लुधियाना पंजाब। 20 शहरों के विचों दी 5 शहर वख-वख सूबे की राजधानी ने, लिस्ट च देश की राजधानी दिल्ली का नाम भी है। खैर, सूबा सरकार ने इसते खुशी जाहर की, कहा कि इसके नाल सूबे के विकास को हुंगारा मिलेगा। तो बड़ी खुशी है सानू कि लुधियाना साडे पंजाब दा मेन सिटी है, इंडस्ट्रियल सिटी है, और उहदा नाम पहली लिस्ट विच जिहड़े 20 सिटी स्मार्ट सिटी बन जा रहे हैं उहदे विच है। और मैं समझदा पंजाब वास्ते भी, लुधियाणा डिस्ट्रिक्ट वास्ते भी, लुधियाणा शहर वासियों वास्ते भी बहुत वड्डी खुशी है। मैं केंद्र सरकार दा, प्राइम मिनिस्टर साहब दा धन्नवाद भी करदा कि उन्होंने लुधियाणे दा ध्यान रख्या। लुधियाणा दा नाम आने तो बाद शहर के लोगों च खुशी है। शहर के बशिंदियां दे मुताबक सरकार के नाल नाल लोगों नूं भी अपनी जिम्मेवारी समझनी होवेगी। ਪਹਿਲਾਂ ਤਾਂ ਇੱਥੇ ਸਫਾਈ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ, ਔਰ ਸੜਕਾਂ ਗਲੀਆਂ ਜੋ ਵੀ ਹੈ ਕੂੜਾ ਕਰਕਟ ਪਬਲਿਕ ਵੀ ਸਾਥ ਦੇਵੇ, ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਯੂਥ ਦੇ ਸਮਝ ਸਮਾਰਟ ਸਿਟੀ ਕਿਤੇ ਵੀ ਚੱਲ ਜਾਏ, ਗੰਦਗੀ ਵਗੈਰਾ ਫੈਲੀ ਹੋਈ ਆ, ਸਾਰੀ ਸਾਫ਼ ਹੋਣੀ ਚਾਹੀਦੀ ਹੈ ਗੰਦਗੀ, ਏ ਟੂ ਜੈਡ। ਜਿਹੜੇ ਇੱਥੇ ਲੋਕਲ ਪਬਲਿਕ ਆ ਸਾਰੇ ਨਾਲ ਸਹਿਯੋਗ ਕਰਨਾ ਚਾਹੀਦਾ। ਆਪਾਂ ਕਿਤੇ ਵੀ ਬਾਹਰਲੀ ਕੰਟਰੀ ਘੁੰਮਣਾ ਚਾਹੀਦਾ, ਆਪਾਂ ਦੇਖਣ ਨੂੰ ਅੱਛਾ ਲੱਗਦਾ ਕਿ ਲੋਕ ਬਾਹਰੋਂ ਆਉਣਾ, ਸਾਨੂੰ ਇਹ ਚੰਗਾ ਲੱਗੇ ਦੇਖਣ ਨੂੰ, ਦੇਖਣ ਇੱਥੇ ਆ ਕੇ ਕਿ ਵਾਕਈ ਲੁਧਿਆਣਾ ਵੀ ਸਮਾਰਟ ਸਿਟੀ ਬਣ ਚੁੱਕਾ ਹੈ। ਨੋ ਡਾਊਟ, ਬਹੁਤ ਅੱਛੀ ਗੱਲ ਹੈ। ਇੱਥੇ ਹਰ ਚੀਜ਼ ਦੀ ਡਿਵੈਲਪਮੈਂਟ ਹੋਏਗੀ, ਫਾਇਦਾ ਹੋਏਗਾ, ਪੰਜਾਬ ਸਰਕਾਰ ਨੂੰ ਵੀ ਇਕਨੋਮਿਕਲੀ ਫਾਇਦਾ ਹੋਊਗਾ, ਲੁਧਿਆਣੇ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੋਊ ਕਿਉਂਕਿ ਇੱਕ ਇੰਡਸਟਰੀਅਲ ਸਿਟੀ ਹੈ। लुधियाना नूं पंजाब दी आर्थिक राजधानी भी कहा जांदा है। केंद्र सरकार दे इस ऐलान तों बाद लुधियाणा तमाम आधुनिक सहूलतां दे नाल लैस होवेगा ते विकास दीआं बुलंदियां ते नवें मुकाम हासिल करेगा। नवीन शर्मा, जी मीडिया, लुधियाणा। ते हुण गल करदे आं अबोहर भीम कतलकांड दी, जिस केस विच मुख मुलजम शिवलाल डोडा नूं कोर्ट तों फिलहाल राहत नहीं मिली है। डोडा नूं कोर्ट ने 5 दिन की रिमांड खत्म होने बाद फिर तो 4 दिन की रिमांड से भेज दिता है। रिमांड खत्म होने के नाल ही 1 फरवरी अबोहर कतलकांड के मुख मुलजम शिवलाल डोडा मुड़ तो पुलिस रिमांड से, 4 दिन होर रिमांड से रहेंगे शिवलाल डोडा। 5 दिन की पुलिस रिमांड तो बाद वीरवार को मुड़ तो अबोहर अदालत में शिवलाल डोडा पेश किया गया। मामले की तह तक पहुंचने की कोशिश में लगी पुलिस ने अदालत को 8 दिन का रिमांड मंगया, पर अदालत ने सिर्फ 4 दिन यानी 1 फरवरी तक का ही पुलिस रिमांड मंजूर किया। डोडा के वकील का कहना है कि उन्होंने वालों की अदालत में रिमांड से कोई ऑब्जेक्शन नहीं लगाया गया। उसने 8 दिन का रिमांड मंगया सीगा, पर साडे किसी भी मतलब कौंसल ने कोई ऑब्जेक्ट नहीं किया किसी ने, पर फिर भी जज साहब ने कहा भी कोई भी टेस्ट जो कराना है, कोई पॉलीग्राफिक टेस्ट है या कोई लाई डिटेक्शन का टेस्ट है, वो सारे करवाए जाए। इस वास्ते कंसीडरेशन वास्ते रखा हुआ, इस वास्ते 1 तरीक पाई उन्होंने, 1-2 तक का इन्हों का रिमांड 4 दिन का इन्होंने दिता गया कोर्ट ने। उधर शिवलाल डोडा के वकील के मुताबिक पुलिस शिवलाल डोडा, अमित डोडा और हैरी के लाई डिटेक्टर टेस्ट करवाना चाहती है। उन्होंने सिर्फ यही ऑब्जेक्शन लिया भी सानू सिर्फ बाकी तो सानू कोई रिकवर करने का नहीं, सिर्फ ही जी है टेस्ट करवाना चाहना जरूरी है, ये चूंकि सच्चाई बाहर आ। ਤੁਹਾਨੂੰ ਦੱਸ ਦਈਏ ਕਿ ਇਹ ਉਹੀ ਸ਼ਿਵਲਾਲ ਡੋਡਾ ਨੇ ਜਿਨ੍ਹਾਂ 'ਤੇ ਅਬੋਹਰ ਵਿੱਚ 2 ਨੌਜਵਾਨਾਂ ਦੇ ਹੱਥ ਪੈਰ ਵੱਢਣ ਦਾ ਇਲਜ਼ਾਮ ਲੱਗਿਆ।
11 दसंबर नूं भीमटांग अते गुरजंट ते हथ पैर वड्डे गए सन। दलित नौजवान भीमटांग की मौत हो गई सी अते गुरजंट सिंह का हाले भी इलाज चल रहा है। कई मुलजम गिरफ्तार हो चुके हैं। हाई कोर्ट तो अगाऊ जमानत पटीशन खारज होने बाद शिवलाल डोडा ने फाजिलका पुलिस के सामने सरेंडर किया। सुनील नागपाल, जी मीडिया, फाजिलका। तो हम तुम्हें कुछ तस्वीर दिखाने वो जलंधर तो आईया ने। इतने तेज़ रफ्तार नाल हुए हादसे दी तस्वीर देखने को मिली ने। दिल दहला देने वाला यह हादसा सीसीटीवी कैद होया, पर खुशकिस्मती की गल यह रही कि इस हादसे च कोई जानी नुकसान नहीं होया। सीसीटीवी फुटेज विखाई दे रही यह है जलंधर की बस्ती मिठू। इसे सीसीटीवी कैमरे च एक दिल दहला देने वाला हादसा रिकॉर्ड होया। तस्वीरां च पहला खुद नूं बचाउण दी कोशिश च भजदा होया एक शख्स आउंदा है। उस दे पिछे पिछे आउंदी है एक बेकाबू बलैरो गड्डी। इस शख्स ने बचण दी कोशिश बहुत कीती, पर बलैरो ने इस नूं अपनी चपेट च लै लिया। इस शख्स नूं टक्कर मारदे होए बलैरो सड़क कंडे बने एक ढाबे नाल जा टकराई। मामला सी बलैरो गड्डी सी, तेज रफ्तार सी, मिठू बस्ती मेन रोड ते जा रहे सी। बंदे नूं किसे नूं बचाउंदे बचाउंदे ढाबे नाल जा टकराई। ढाबे ते तंदूर टुटे आ, लेबर नूं नुकसान होया ते अगली बनदी कानूनी कार्रवाई अमल विच लिआंदी जाए। चशमदीदां दा कहना है कि गड्डी जबरदस्त स्पीड विच सी, उस दे अगे नंबर प्लेट भी नहीं सी। लोकां दा कहना है कि गड्डी ते नजायज VIP स्टीकर भी लग्या होया सी अते उस नूं इक नाबालग चला रहा सी। बिल्कुल अनकंट्रोल सी और बहुत हाई स्पीड दे नाल उहने बिल्कुल ढाबे दे उपर अटैक करन दे जिदा गड्डी मारती और जिहदे नाल तंदूर टुट गया। अंदर जिहड़े काम करन वाले व्यक्ति खड़े सीगे उहनां दे वी काफ़ी सट्टां लगियां। एक लड़का जिहड़ा सिविल हॉस्पिटल आ, एक नूं चंडीगढ़ रैफर कर दिता गया अते जो गड्डी है नौजवान मुंडा चला रहा सी, मेरे ख्याल उहदी उम्र भी 18 साल तो घट सी और लाइसेंस भी उहदा है नहीं सीगा। उस गड्डी दे उपर पुलिस दा VIP नजायज स्टिकर भी लगा होया सीगा ते मोरले पासे उहदी अगली नंबर प्लेट भी नहीं सीगी। हादसा खतरनाक सी पर गनीमत रही कि जानलेवा साबित नहीं होया। इस विच दो लोग जख्मी होए ने अते ढाबे नूं भी काफ़ी नुकसान पुज्जिया। राजीव वधवा, जी मीडिया, जलंधर। ठंड का मौसम इस वेले पूरे शबाब ते है ते आके जान वाला भी है, पर बावजूद इस दे पंजाब दे सरकारी स्कूलों के बच्चों सरकार वालों मिलने वाली वर्दियों की उड़ीक है। सर्दी च मिलने वाली वर्दी तो अजे तक सरकारी स्कूलों के बच्चे वांझे ने। ठंड का मौसम अपना रंग दिखा रहा है, पर अजे तक इन्हां मासूमां नूं सरकार वालों मिलने वाली सर्दी की वर्दी का इंतजार है। यही वजह है कि ठंड तो बचने लई ये मासूम रंग बिरंगे कोट, टोपियां अते बूट पा के स्कूल आउंदे ने। सरकारी स्कूलों विच पढ़ने वाले 8वीं जमात तक के बच्चों नूं सरकार वालों वर्दी मुहैया करवाई जाती है, पर इस बार हुण तक सिर्फ पहली अते दूजी जमात के बच्चों नूं ही वर्दी मिली है, जबकि बाकियों नूं इसते आउण दी उड़ीक है। वर्दी ना मिलन तो बच्चे निराश ने अते सिक्ख्या अधिकारी भी बेबस नजर आ रहे ने। ठंड दी वर्दियां मिलियां नहीं ते फिर वर्दी नहीं मिली, फिर मुश्किल हुंदी है ठंड दे विच आण? हां जी। की मुश्किल हुंदी है? ठंड लगदी नहीं मिली है, मैं जित नहीं मिली। क्यों नहीं मिली? ठंड दे विच मुश्किल हुंदी है? हां जी। बच्चे जिहड़े पुराने आ उहनां नूं वर्दियां मिलियां होईयां जां पेरेंट्स ने जिहड़ियां वर्दियां उहनां नूं सुवागे दित्तियां होईयां वा, ਉਹ ਵਰਦੀਆਂ ਪਾ ਕੇ ਬੱਚੇ ਆ ਰਹੇ ਆ। ਕਿਸੇ ਦੀ ਪੋਟੀ ਪਾਰਟੀ ਹੈ, ਕਿਸੇ ਦੀ ਪੈਂਟ ਜਾਂ ਕਮੀਜ਼ ਕੁਛ ਪਾਰਟੀ ਹੈ ਕੁਛ, ਜਿੱਦਾਂ ਜਿੱਦਾਂ ਫੈਮਿਲੀ ਦੀ ਕੰਡੀਸ਼ਨ ਹੁੰਦੀ ਉਸ ਮੁਤਾਬਕ ਬੱਚੇ ਆ ਰਹੇ। ਟੀਚਰ ਮੰਨਦੇ ਹੋ ਸੈਲੈਕਸ਼ਨ ਸਰਦੀ ਦਾ ਖਤਮ ਹੋਣ ਨੂੰ ਹੈ? ਲੇਟ ਨਹੀਂ ਹੈ ਤੁਹਾਡਾ? ਬਿਲਕੁਲ ਲੇਟ ਹੈ। ਬੱਚੇ ਠੰਡ ਵਿੱਚ ਠਰ ਰਹੇ ਨੇ, ਪਰ ਸਿਆਸਤ ਗਰਮ ਹੈ। ਅਕਾਲੀ ਦਲ ਦੇ ਮੁਤਾਬਕ ਸਰਕਾਰ ਬੱਚਿਆਂ ਦੀ ਸਹੂਲਤ ਦਾ ਖਾਸ ਧਿਆਨ ਰੱਖ ਰਹੀ ਹੈ, ਜਦਕਿ ਕਾਂਗਰਸ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਬੱਚਿਆਂ ਦੇ ਨਾਲ ਪੱਤਾ ਮਜ਼ਾਕ ਕੀਤਾ ਜਾ ਰਿਹਾ ਹੈ। ਪਹਿਲੀ ਤੇ ਦੂਸਰੀ ਕਲਾਸ ਦੇ ਬੱਚਿਆਂ ਨੂੰ ਇਹ ਡਰੈਸ ਆ ਚੁੱਕੀਆਂ ਨੇ ਤੇ ਬਾਕੀ ਦੇ ਫੰਡ ਮੁਹੱਈਆ ਕਰਾ ਕੇ ਵੀ ਬਾਕੀ ਬੱਚਿਆਂ ਨੂੰ ਵੀ ਉਹ ਸਹੂਲਤ ਦਿੱਤੀ ਜਾਏਗੀ। ਬਗੈਰ ਕੋਟੀਆਂ ਤੋਂ ਜਾ ਰਹੇ ਆ ਔਰ ਇਹੋ ਜਿਹੀ ਕੜਕਣੀ ਠੰਡ ਦੇ ਵਿੱਚ ਜੋ ਇਹਨਾਂ ਨੇ ਮਜ਼ਾਕ ਕੀਤਾ ਆ ਬੱਚਿਆਂ ਦੇ ਨਾਲ, ਇਹ ਬਹੁਤ ਮਾੜੀ ਗੱਲ ਆ। ਸਰਕਾਰ ਵੱਲੋਂ ਸਰਦੀ ਦੀ ਵਰਦੀ ਲਈ 400 ਰੁਪਏ ਪ੍ਰਤੀ ਵਿਦਿਆਰਥੀ ਦਿੱਤੇ ਜਾਂਦੇ ਨੇ ਅਤੇ ਇਸ ਵਰਦੀ ਵਿੱਚ ਪੈਂਟ ਸ਼ਰਟ, ਕੋਟੀ, ਬੂਟ, ਜਰਾਬਾਂ ਅਤੇ ਟੋਪੀ ਸ਼ਾਮਲ ਹੁੰਦੇ ਨੇ। ਪਰ ਇਸ ਵਾਰ ਸੂਬੇ ਦੇ 16 ਲੱਖ ਵਿਦਿਆਰਥੀਆਂ ਚੋਂ ਤਕਰੀਬਨ 4 ਲੱਖ ਵਿਦਿਆਰਥੀਆਂ ਨੂੰ ਹੀ ਵਰਦੀ ਮਿਲੀ ਹੈ, ਜਦਕਿ ਬਾਕੀ ਦੇ ਠੰਡ ਵਿੱਚ ਠਰਨ ਦੇ ਲਈ ਮਜਬੂਰ ਨੇ। ਸੰਦੀਪ ਅਬਰਾਈ, ਜ਼ੀ ਮੀਡੀਆ,
ਕਪੂਰਥਲਾ। ਤੇ ਹੁਣ ਪਾਸਪੋਰਟ ਬਣਵਾਉਣ ਵਾਲਿਆਂ ਲਈ ਖੁਸ਼ਖਬਰੀ ਹੈ। ਜੀ ਹਾਂ, ਕਿਉਂਕਿ ਹੁਣ ਪਾਸਪੋਰਟ ਬਣਵਾਉਣ ਲਈ ਮਹੀਨੇ ਭਰ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਹੁਣ 4 ਕਾਗਜ਼ੀ ਦਸਤਾਵੇਜ਼ ਦੇ ਨਾਲ 1 ਹਫ਼ਤੇ ਦੇ ਅੰਦਰ ਤੁਹਾਡਾ ਪਾਸਪੋਰਟ ਆ ਜਾਏਗਾ। ਪਾਸਪੋਰਟ ਬਣਾਉਣ ਦੇ ਨਿਯਮਾਂ ਦੇ ਵਿੱਚ ਢਿੱਲ ਕੀਤੀ ਗਈ ਹੈ ਅਤੇ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਨੂੰ ਲੈ ਕੇ 2 ਵੱਡੇ ਬਦਲਾਅ ਕੀਤੇ ਨੇ। ਪਹਿਲਾ ਬਦਲਾਅ ਦਸਤਾਵੇਜ਼ਾਂ ਨੂੰ ਲੈ ਕੇ ਹੈ। ਆਧਾਰ ਕਾਰਡ, ਵੋਟਰ ਆਈਡੀ ਕਾਰਡ, ਪੈਨ ਕਾਰਡ ਅਤੇ ਨੋ ਕ੍ਰਿਮੀਨਲ ਕੇਸ ਦਾ 1 ਐਫੀਡੈਵਿਟ ਤੁਹਾਨੂੰ ਜਮ੍ਹਾਂ ਕਰਾਉਣਾ ਹੋਏਗਾ। ਇਹ ਦਸਤਾਵੇਜ਼ ਜਮ੍ਹਾਂ ਕਰਾ ਕੇ ਤੁਹਾਨੂੰ 1 ਹਫ਼ਤੇ ਦੇ ਅੰਦਰ ਪਾਸਪੋਰਟ ਮਿਲ ਜਾਏਗਾ। ਇਸ ਦੇ ਨਾਲ ਨਵੇਂ ਨਿਯਮਾਂ ਮੁਤਾਬਕ ਹੁਣ ਪਾਸਪੋਰਟ ਜਾਰੀ ਹੋਣ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਕੀਤਾ ਜਾਏਗਾ। ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਦੇ ਲਈ ਕੋਈ ਵਾਧੂ ਚਾਰਜ ਨਹੀਂ ਲੱਗੇਗਾ। ਪੰਜਾਬ ਐਟ ਨਾਈਨ 'ਚ ਫਿਲਹਾਲ ਇੰਨਾ ਹੀ। ਇਜਾਜ਼ਤ ਦਿਓ, ਧੰਨਵਾਦ।